फटियाने पीने हैं, घंटा डेढ़ घंटा लगूगा, आराम नाल बैठ के पी के जायो। हर गुरु साहब की कृपा बहुत है, जल पीने पेट नहीं भरता, जे आप घरे गिलास पीवे पेट भर जूगा, ये नहीं भरता। दो गिलास पैने वाटे के पांच दिन आना लगातार, नागा बिल्कुल नहीं पैना चाहिए, तो चार पांच वाटे डेली ही छकने, हर रोज आके शाम रोटी बंद रखनी है। ਜਿੰਨੇ ਦਿਨ ਤੁਸੀਂ ਇੱਥੇ ਆ ਰਹੇ ਆ, ਸ਼ਾਮਾਂ ਨੂੰ ਦਲੀਆ ਖਾਣਾ ਗੁੜ ਦਾ ਸ਼ੱਕਰ ਦਾ ਬਣਾ ਕੇ, ਇਹ ਜ਼ਰੂਰੀ ਆ। ਕਿਉਂਕਿ ਜਦੋਂ ਅਸੀਂ ਪਹਿਲੀ ਵਾਰ ਬਾਟੇ ਨੂੰ ਮੂੰਹ ਲਾਉਂਦੇ ਹਾਂ, ਜਿੰਨੇ ਇੱਥੇ ਅੱਜ ਪਹਿਲੀ ਵਾਰ ਆਏ ਹਾਂ, ਜ਼ਿੰਦਗੀ 'ਚ ਕਦੇ ਬਾਟੇ ਨੂੰ ਮੂੰਹ ਨਹੀਂ ਲਾਇਆ, ਪਹਿਲੀ ਵਾਰ ਲਾ ਰਹੇ ਹਾਂ। ਸਾਰੀ ਉਮਰ ਸਟੀਲ ਪਲਾਟ 'ਚ ਸਿਲਵਰ 'ਚ ਲੰਘੀ ਸਾਡੀ, ਜੇ ਅੱਜ ਪਹਿਲੀ ਦਿਨ ਮੂੰਹ ਲਾਇਆ ਤਾਂ ਅੱਜ 10% ਹੀ ਪੈ ਜੂਗਾ ਫਰਕ, ਫਿਰ 20% ਪਊਗਾ, ਫਿਰ 30 ਪਊਗਾ, 40 ਪਊਗਾ, ਮਹੀਨੇ ਦੇ ਵਿੱਚ 100% ਫਰਕ ਤੁਹਾਨੂੰ ਪੈ ਜਾਂਦਾ। 100% ਫਰਕ ਤਾਂ ਪਊਗਾ ਜੇ ਬਾਟੇ ਆਪਾਂ ਇੱਥੇ ਵੀ ਛਕਾਂਗੇ, ਘਰੇ ਵੀ ਛਕਾਂਗੇ, ਘਰੇ ਵੀ ਦਾਲ ਸਬਜ਼ੀ ਵਗੈਰਾ ਬਣਾਉਂਦੇ ਬਾਟੇ 'ਚ ਛਕਣੀ ਆ, ਉਹ ਤੁਹਾਨੂੰ ਬਾਅਦ 'ਚ ਦੱਸਾਂਗੇ। ਤੇਰਾ 4-5 ਦਿਨ ਆਓ ਲਗਾਤਾਰ, 5-5 ਬਾਟੇ 'ਤੇ ਛਕੋ, ਚੌਥੇ ਬਾਟੇ 'ਚ ਪਤਾਸੇ ਘੋਲ ਕੇ ਪੀਣੇ ਆ। ਕਈ ਵਾਰ ਜਦੋਂ ਪਹਿਲੇ ਦਿਨ ਆਪਾਂ ਜਲ ਪੀਂਦੇ ਹਾਂ, ਸਿਰ ਭਾਰ ਆ ਜਾਂਦਾ ਸਾਡਾ, ਕਈਆਂ ਦਾ ਹੁੰਦਾ, ਕਈਆਂ ਦਾ ਹੁੰਦਾ ਨਹੀਂ, ਸਿਰ ਭਾਰ ਜਦੋਂ ਹੋ ਗਿਆ, ਕਿਉਂਕਿ ਇਹ ਜਲ ਪੇਟ ਦੇ ਵਿੱਚ ਨਹੀਂ ਜਾਂਦਾ, ਇਹ ਜਲ ਇੱਥੇ ਜਾਊਗਾ, ਬ੍ਰੇਨ ਦੀਆਂ ਨਾੜਾਂ ਖੁੱਲਣਗੀਆਂ, ਜਦੋਂ ਬ੍ਰੇਨ ਦੀਆਂ ਨਾੜਾਂ ਖੁੱਲਦੀਆਂ ਫਿਰ ਸਿਰ ਭਾਰਾ ਹੋਊਗਾ ਤੁਹਾਡਾ, ਖੂਨ ਦਾ ਸਰਕਲ ਸਹੀ ਹੋਊ, ਬਾਥਰੂਮ ਆ ਕੇ ਠੀਕ ਹੋ ਜਾਊਗਾ, ਕੋਈ ਗੋਲੀ ਨਹੀਂ ਖਾਣੀ। ਸ਼ਾਮਾਂ ਨੂੰ ਦਲੀਆ ਖਾਓਗੇ ਉਹਦੇ ਨਾਲ ਠੀਕ ਹੋ ਜਾਊਗਾ, ਜੇ ਸ਼ਾਮਾਂ ਨੂੰ ਰੋਟੀ ਖਾਓਗੇ ਸਿਰ ਜ਼ਿਆਦਾ ਭਾਰੀ ਦਊਗਾ, ਇਸ ਕਰਕੇ ਸ਼ਾਮ ਨੂੰ ਦਲੀਆ ਖਾਣਾ, 2 ਦਿਨ ਭਾਰਾ ਰਹਿਣਾ ਇਹ, ਹਲਕਾ ਹਲਕਾ ਜਿਹਾ, ਤੀਜੇ ਦਿਨ ਜਮਾਂ ਠੀਕ ਹੋ ਜਾਊਗਾ। ਜਦੋਂ ਤੁਹਾਡਾ ਸੀ ਠੀਕ ਹੋ ਗਿਆ ਫਿਰ ਤੁਹਾਨੂੰ ਬਿਨਾਂ ਗੋਲੀ ਤੋਂ ਨੀਂਦ ਆਊਗੀ, ਨੀਂਦ ਬਿਨਾਂ ਗੋਲੀ ਤੋਂ, ਡਿਪਰੈਸ਼ਨ ਵਾਲੇ ਮਰੀਜ਼ ਠੀਕ ਹੋ ਜਾਣਗੇ, ਟੈਨਸ਼ਨ ਬਿਲਕੁਲ ਨਹੀਂ ਰਹਿਣੀ। ਨੀਂਦ ਜਦੋਂ ਆਊਗੀ ਸੁਪਨਾ ਨਹੀਂ ਆਉਂਦਾ, ਜਿਹਨੇ ਸੁਪਨੇ ਆਉਂਦੇ ਆ ਉਹ ਨੀਂਦ ਨਹੀਂ ਹੁੰਦੀ, ਜਦੋਂ ਸੁਪਨਾ ਨਹੀਂ ਆਉਂਦਾ ਉਹਨੂੰ ਨੀਂਦ ਕਹਿੰਦੇ ਆ, ਉੱਠਣ ਵਾਲੀ ਨੀਂਦ ਹੁੰਦੀ ਆ, ਸੁਸਤੀ ਨਹੀਂ ਪੈਂਦੀ। ਕਈ ਵਾਰ ਬੰਦਾ ਕਹਿੰਦਾ ਸੁਸਤੀ ਪੈ ਗਈ ਜ਼ਿਆਦਾ, ਜਿਹਨੂੰ ਸੁਸਤੀ ਪੈਂਦੀ ਆ ਉਹ ਵੀ ਠੀਕ ਹੋ ਜਾਊਗਾ। ਫਿਰ ਉਹ ਤੋਂ ਬਾਅਦ ਉਲਟੀ ਵੀ ਆ ਸਕਦੀ ਹੈ, ਕਈਆਂ ਨੂੰ ਉਲਟੀ ਲੈਟਰਿੰਗ ਪਲੱਸਾਂ ਵੀ ਲੱਗ ਸਕਦੀ ਆ, ਕਿਸੇ ਕਿਸੇ ਨੂੰ ਲੱਗਦੀ ਹੈ, ਜੇ ਲੱਗੀ ਆ ਤਾਂ ਕੋਈ 2-4 ਵਾਰ ਆਊ ਆਪੇ ਠੀਕ ਹੋ ਜਾਣੀ ਉਹਦੀ। ਫਿਰ ਕਈਆਂ ਨੂੰ ਥੋੜ੍ਹਾ ਜਿਹਾ ਬੁਖਾਰ ਵੀ ਹੋ ਸਕਦਾ, ਬੁਖਾਰ ਦੇ ਨਾਲ ਸਰੀਰ ਨੂੰ ਹੀਟ ਮਿਲੂਗੀ, 350 ਕਰੋੜ ਰੋਮ ਜਿਹੜੇ ਸਾਡੇ ਖੁੱਲਣਗੇ, ਫਿਰ ਪਸੀਨਾ ਆਊਗਾ, ਪਸੀਨੇ ਨਾਲ ਬੁਖਾਰ ਤੁਹਾਡਾ ਠੀਕ ਹੋ ਜਾਊਗਾ। ਦਲੀਆ ਖਾਓਗੇ ਉਹ ਠੀਕ ਹੋਊਗਾ, ਦਲੀਆ ਤਾਂ ਹੀ ਕਹਿੰਦੇ ਜਿੰਨੇ ਦਿਨ ਇੱਥੇ ਆ ਰਹੇ ਹਾਂ, ਸ਼ਾਮਾਂ ਨੂੰ ਦਲੀਆ ਜ਼ਰੂਰ ਖਾਣਾ, ਰੋਟੀ ਨਹੀਂ ਖਾਣੀ ਸ਼ਾਮਾਂ ਨੂੰ, ਗੁੜ ਦਾ ਸ਼ੱਕਰ ਦਾ ਬਣਾ ਕੇ, ਜਦੋਂ ਤੁਹਾਡੀ, ਕਿਉਂਕਿ ਜਿਹੜੀ ਬਿਮਾਰੀ ਨਿਕਲਣੀ ਆ ਉਲਟੀ ਨਾਲ, ਪਲੱਸ ਨਾਲ, ਬਾਥਰੂਮ ਨਾਲ ਅਤੇ ਤੁਹਾਡੇ ਰੋਮਾਂ ਨਾਲ, ਜਦੋਂ ਪਸੀਨਾ ਆਊਗਾ ਰੋਮ ਖੁੱਲਣਗੇ, ਰੋਮਾਂ ਨਾਲ ਬਿਮਾਰੀ ਨਿਕਲੂਗੀ ਤੁਹਾਡੀ। ਬਿਮਾਰੀ ਕਿਹਨੂੰ ਕਹਿੰਦੇ ਆ? ਵਾਇਰਸ ਨੂੰ। ਵਾਇਰਸ ਕੀ ਆ? ਬੈਕਟੀਰੀਆ ਹੁੰਦੇ ਆ, ਜਦੋਂ ਬੈਕਟੀਰੀਆ ਜਮ੍ਹਾਂ ਹੋ ਜਾਂਦੇ ਆ ਫਿਰ ਬਹੁਤ ਵੱਡਾ ਰੂਪ ਧਾਰਨ ਕਰ ਲੈਂਦੇ ਆ, ਉਹ ਫਿਰ ਕੈਂਸਰ ਹੋ ਜਾਂਦਾ, ਕਿਸੇ ਨੂੰ ਸ਼ੂਗਰ ਹੋ ਜਾਂਦਾ। ਜਦੋਂ ਅਸੀਂ ਜਲ ਪੀਵਾਂਗੇ ਜਲ ਨਾਲ ਸਫਾਈ ਹੋਊਗੀ ਤੁਹਾਡੀ ਅੰਦਰੋਂ। ਪਾਣੀ ਜਿਹੜਾ ਹੁੰਦਾ, ਪਾਣੀ ਜੇ ਆਪਾਂ ਡੇਲੀ 5 ਲੀਟਰ ਪੀਏ ਤਾਂ 70% ਸਾਨੂੰ ਰੋਗ ਨਹੀਂ ਲੱਗਦੇ, ਪਰ ਅਸੀਂ ਪਾਣੀ ਪੀਤੇ ਪੀਂਦੇ ਨਹੀਂ, ਕਿਉਂਕਿ ਪਿੱਤਾ ਨਹੀਂ ਜਾਂਦਾ, ਗਲਾਸ ਦੇ ਵਿੱਚ ਪੀਂਦੇ ਹਾਂ ਪੇਟ ਭਰਦਾ। ਇਹ ਬਾਟਾ ਇੱਕ ਪਾਣੀ ਪੀਣ ਵਾਲੀ ਗੋਲੀ ਆ, ਇਹਦੇ ਨਾਲ ਪਾਣੀ ਵੱਧ ਪੀਤਾ ਜਾਊਗਾ ਤੁਹਾਡਾ। 5 ਬਾਟਾ 10 ਗਲਾਸ ਪੈਂਦੇ ਆ, 10 ਗਲਾਸ ਬੰਦਾ ਘੰਟੇ 'ਚ ਨਹੀਂ ਪੀ ਸਕਦਾ, ਇਹ 'ਚ ਪੀ ਲੂਗਾ। ਨਾਲ ਇੱਕ ਇਹਦਾ ਇੱਕ ਪਲੱਸ ਪੁਆਇੰਟ ਇਹ ਵੀ ਆ, ਬਾਟੇ ਦਾ ਲੋਹੇ ਦੀ ਘਾਟ ਪੂਰੀ ਕਰਦਾ ਸਰੀਰ 'ਚ, ਜਦੋਂ ਲੋਹਾ ਸਾਡੇ ਬਾਟੇ 'ਚ ਘੁਲ ਕੇ ਅੰਦਰ ਜਾਂਦਾ, ਜਦੋਂ ਅਸੀਂ ਸਿਮਰਨ ਕਰਦੇ ਹਾਂ ਬਾਣੀ ਵੀ ਘੁਲ ਕੇ ਅੰਦਰ ਜਾਊਗੀ, ਕਿਉਂਕਿ ਸਾਡੇ ਕੋਲ ਕੋਈ ਜਾਦੂ ਟੂਣਾ ਤਾਂ ਹੈ ਨਹੀਂ, ਸਾਡੇ ਕੋਲ ਤਾਂ ਬਾਣੀ ਦੇ ਬਾਟਾ ਹੀ ਆ। ਇਹ 2 ਪਾਵਰਾਂ ਕਰਕੇ ਤੁਸੀਂ ਠੀਕ ਹੋ ਜਾਓਗੇ, ਬਾਣੀ ਗੁਰੂ ਦੀ ਆ, ਬਾਣਾ ਗੁਰੂ ਦਾ, ਬਾਟਾ ਗੁਰੂ ਦਾ। ਲੋਹੇ ਦੀ ਘਾਟ ਜਦੋਂ ਸਰੀਰ 'ਚ ਪੂਰੀ ਹੋਊਗੀ ਤਾਂ ਬੰਦਾ ਕਾਇਮ ਹੋ ਜਾਂਦਾ, ਜਿਹੜਾ ਬੰਦਾ ਮੰਜੇ 'ਤੇ ਪਿਆ ਉਹ ਖੜਾ ਹੋ ਕੇ ਕੰਮ ਕਰਨਾ ਸ਼ੁਰੂ ਕਰ ਦਿੰਦਾ, ਕਿਉਂਕਿ ਲੋਹਾ ਅੰਦਰ ਗਿਆ ਉਹਦੇ। ਜ਼ਮੀਨ ਦੇ ਵਿੱਚ ਵੀ ਲੋਹਾ ਨਹੀਂ, ਬੰਦੇ ਵਿੱਚ ਵੀ ਲੋਹਾ ਨਹੀਂ, ਜ਼ਮੀਨ ਵੀ ਬੰਜਰਾ, ਸਰੀਰ ਵੀ ਬੰਜਰਾ। ਲੋਹੇ ਦੀ ਘਾਟ ਪੂਰੀ ਹੋਊਗੀ, ਕਾਇਮ ਹੋ ਜਾਓਗੇ, ਚੜ੍ਹਦੀ ਕਲਾ 'ਚ ਹੋ ਜਾਓਗੇ। ਜੇ ਖੂਨ ਤੁਹਾਡਾ ਪੂਰਾ ਹੋ ਗਿਆ ਤੁਹਾਨੂੰ ਕਦੇ ਕੈਂਸਰ ਨਹੀਂ ਹੁੰਦਾ, ਕੈਂਸਰ ਉਸ ਨੂੰ ਹੁੰਦਾ ਜਿਹਦਾ ਖੂਨ ਘੱਟ ਜਾਂਦਾ ਅਤੇ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਸਰੀਰ ਦੇ ਵਿੱਚ, ਜਾਂ ਪੇਟ ਦੇ ਵਿੱਚ ਜ਼ਖਮ ਹੋ ਜਾਂਦੇ ਆ, ਫੂਡ ਪੈਪ ਦੇ ਜ਼ਖਮ ਹੋ ਜਾਂਦੇ ਆ, ਤੇਜ਼ਾਬ ਸਾਡਾ ਹੱਦੋਂ ਵੱਧ ਵੱਧ ਜਾਂਦਾ, ਤੇਜ਼ਾਬ ਖੂਨ ਦੇ ਵਿੱਚ ਮਿਕਸ ਹੋ ਜਾਂਦਾ, ਉਹਨੂੰ ਕੈਂਸਰ ਹੁੰਦਾ। ਬਾਟੇ ਹੀ ਛਕੋਗੇ ਕਦੇ ਤੇਜ਼ਾਬ ਨਹੀਂ ਬਣਦਾ, ਕਦੇ ਗੈਸ ਨਹੀਂ ਬਣੂਗੀ, ਅਤੇ ਨਾ ਹੀ ਤੁਹਾਡਾ ਖੂਨ ਘੱਟ ਹੋਊਗਾ, ਨਾ ਹੀ ਤੁਹਾਡੀ ਆਕਸੀਜਨ ਘੱਟ ਹੋਊਗੀ। ਆਕਸੀਜਨ ਕਿਵੇਂ ਮਿਲਦੀ ਆ ਬਾਟੇ ਨਾਲ? ਕਿਉਂਕਿ ਪਾਣੀ ਵਿੱਚ ਆਕਸੀਜਨ ਹੁੰਦੀ ਆ, ਪਾਣੀ ਵਿੱਚ ਹਾਈਡਰੋਜਨ ਅਤੇ ਆਕਸੀਜਨ 2 ਗੈਸਾਂ ਹੁੰਦੀਆਂ। ਹਾਈਡਰੋਜਨ ਬੋਡੀ ਨੂੰ ਕਲੀਨ ਕਰਦੀ ਹੈ, ਜਿਹੜੀ ਆਕਸੀਜਨ ਹੁੰਦੀ ਹੈ, ਤਾਂ ਅਸੀਂ 5 ਬਾਟੇ ਪੀਂਦੇ ਹਾਂ, ਸਰੀਰ ਦੇ ਵਿੱਚ ਆਕਸੀਜਨ ਦੀ ਮਾਤਰਾ ਵੱਧਦੀ ਆ, ਜਦੋਂ ਆਕਸੀਜਨ ਵਧੂਗੀ ਕੈਂਸਰ ਠੀਕ ਹੋ ਜਾਊਗਾ, ਜਦੋਂ ਖੂਨ ਵੱਧ ਗਿਆ ਕੈਂਸਰ ਠੀਕ ਹੋ ਜਾਊਗਾ, ਜਿਹੜੀ ਕੈਂਸਰ ਦੀ ਰਸੋਲੀ ਹੋਊਗੀ ਉਹ ਘੱਟਦੀ ਜਾਣੀ ਆ, 3 ਮਹੀਨੇ ਦੇ ਕੈਂਸਰ ਦੀ ਰਸੋਲੀ ਖਤਮ ਹੋ ਜਾਊਗੀ। ਪਰ ਤੁਸੀਂ ਬਾਟਾ ਡੇਲੀ ਛਕਣਾ, ਜੇ ਕੈਂਸਰ ਵੱਧ ਕੇ ਰੋਗ ਬਾਟੇ ਨਾਲ ਠੀਕ ਹੋ ਸਕਦੇ ਆ, ਤਾਂ ਸਾਡੇ ਸ਼ੂਗਰ ਸਾਗਰ ਦਾ ਬਿਲਕੁਲ ਠੀਕ ਹੋ ਜਾਣਗੇ, ਇਹ ਤਾਂ ਬਹੁਤ ਫਰਦੇ ਆ। ਅਤੇ ਖਾਣਾ ਪੀਣਾ ਵੀ ਸਾਰਾ ਬਾਟੇ 'ਚ ਪਊਗਾ, ਜਿਹਨੇ ਜਿਹਨੂੰ 4 ਦਿਨ ਹੋ ਗਏ ਅੱਜ, ਜਿਹਨਾਂ ਨੂੰ 5 ਦਿਨ ਹੋ ਗਏ, ਉਹ ਅੱਜ ਆਪਣੇ ਬਾਟੇ ਲੈ ਕੇ ਘਰੇ ਜਾ ਸਕਦੇ ਨੇ। ਇੱਕ ਦਾਲ ਸਬਜ਼ੀ ਵਾਲਾ ਬਾਟਾ ਹੋਊਗਾ, ਇੱਕ ਪਾਣੀ ਵਾਲਾ, ਛਕਣਾ ਫਿਰ ਉੱਥੇ ਸਾਰੀ ਉਮਰ।